ਇਸ ਵਕਤ ਅਸੀਂ ਖੜੇ ਹਾਂ ਹਲਕਾ ਮੁਕੇਰੀਆਂ ਦੇ ਪਿੰਡ ਹੰਦਵਾਲ ਜਿੱਥੇ ਕਿ ਬੀਤੀ ਰਾਤ 12 ਵਜੇ ਦੇ ਕਰੀਬ ਡਿਸਟ੍ਰੀਬਿਊਟਰ ਨਹਿਰ ਜੋ ਕਿ ਹਾਈਡਲ ਨਹਿਰ ਤੋਂ ਨਿਕਲਦੀ ਆ ਉਹਦੇ ਵਿੱਚ ਪਾੜ ਪੈਣ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾ ਦੇਣਾ ਕਿ ਕਿਸ ਤਰ੍ਹਾਂ ਪੂਰੇ ਬਾੜ ਦੇ ਹਾਲਾਤ ਬਣੇ ਹੋਏ ਨੇ ਤੇ ਬਿਲਕੁਲ ਸਾਹਮਣੇ ਜਿਹੜਾ ਆ ਉੱਥੇ ਨਹਿਰ ਜੋ ਡਿਸਟ੍ਰੀਬਿਊਟਰ ਨਹਿਰ ਜੋ ਮੁਕੇਰੀਆਂ ਹਾਈਡਲ ਨਹਿਰ ਤੋਂ ਇੱਕ ਛੋਟੀ ਨਹਿਰ ਕੱਢੀ ਜਾਂਦੀ ਹੈ ਉਹਦੇ ਵਿੱਚ ਪਾੜ ਪੈ ਜਾਂਦਾ ਤੇ ਲਗਭਗ 40 ਤੋਂ 50 ਏਕੜ ਜਿਹੜੀ ਹੈ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਜਿਆਦਾਤਰ ਜਿਹੜੇ ਲੋਕਾਂ ਦੀ ਫਸਲਾਂ ਜਿਹੜੀਆਂ ਪਾਣੀ ਡੁੱਬ ਚੁੱਕੀਆਂ ਕਿਉਂਕਿ ਦੱਸ ਦਈਏ ਜਦੋਂ 15 ਅਗਸਤ ਤੋਂ ਬਾਅਦ ਜਦੋਂ ਬਾੜਾ ਵਰਗੇ ਹਾਲਾਤ ਬਣੇ ਸੀ ਉਸ ਵਕਤ ਵੀ ਇਸੇ ਤਰ੍ਹਾਂ ਖੇਤਾਂ 'ਚ ਪਾਣੀ ਪਰ ਗਿਆ ਸੀ ਖਾਸ ਕਰ ਹੰਦਵਾਲ ਦੀ ਆਪਾਂ ਗੱਲ ਕਰੀਏ ਹੰਦਵਾਲ ਦਾ ਵੀ ਖੇਤਰ ਜਿਹੜਾ ਪੂਰੀ ਤਰ੍ਹਾਂ ਬਾੜ ਪ੍ਰਭਾਵਿਤ ਹੋਇਆ ਸੀ ਪਰ ਫਿਰ ਇੱਕ ਵਾਰ ਦੁਬਾਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਹਿਰ ਟੁੱਟਣ ਨਾਲ पानी किस तरह खेतों भर गया तो लगातार पानी दोबारा नहर चो इसी तरह आ रहा है दस दिए कि विभाग वालों नहर हूँ पिछो बंद कर दी गई है पर पानी जरा लगातार जारी है कुछ लोग भी इतने पिंड वासी खड़े ने गलबात करें भाजी नाम की शमशेर तो सिंह जी शमशेर सिंह जी पानी होया ये पानी कदों कि हो सर रात ढाई बजे पानी छुट्टा जी ढाई बजे पानी टुटा जी रात सारा पानी भर गया इधर सारे उठे पानी पानी सारे हो गया ये नहर लगभग कि रात किस बजे टुटी बजे ਤੇ ਹੁਣ ਲਗਭਗ ਕਿੰਨਾ ਕਾ ਇਲਾਕਾ ਜਿਹੜਾ ਆ ਤੁਹਾਡਾ ਇਸ ਟੰ ਪਾਣੀ ਦੀ ਚਪੇਟ ਚਾਚਾ ਇਲਾਕਾ ਇਸ ਵੇਲੇ ਕੰਪਨੀ ਕਿੰਨਾ ਪ੍ਰਿੰਦਰ ਕਿੰਦਾ ਹੈ ਜੀ ਪਿੰਡਪੁਰਾ ਕਿ ਕਿੰਦਾ ਹੈ ਕਿੰਦਾ ਹੈ ਜਿਹੜਾ ਪਾਣੀ ਪੜ ਗਿਆ ਮੈਂ ਦੱਸਣਾ ਚਾਹਾਂਗਾ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਇੱਕ ਕਿਸੇ ਵੱਲੋਂ ਘਰ ਬਣਾਇਆ ਜਾ ਰਿਹਾ ਹੈ ਤੇ ਉਹ ਉਹਨਾਂ ਦੇ ਜੋ ਘਰ ਦਾ ਕੰਮ ਸੀਗਾ ਪੂਰਾ ਚਾਰ ਚਫੇਰੇ ਪਾਣੀ ਪੜ ਚੁਕਿਆ ਹੈ ਤੇ ਪੂਰਾ ਲਗਭਗ ਉਹਨਾਂ ਦਾ ਦੱਸਿਆ ਜਾ ਰਿਹਾ ਕਿ ਸੀਮੈਂਟ ਤਾਂ ਬਰਬਾਦ ਹੋ ਗਿਆ ਹੈ ਤੇ ਸੀਮੈਂਟ ਵੀ ਜਿਹੜਾ ਪੂਰਾ ਪਾਣੀ ਡੁੱਬ ਚੁਕਿਆ ਹੈ ਤੇ ਮਜ਼ਦੂਰ ਵੀ ਇੱਥੇ ਬੈਠੇ ਨੇ ਭਾਈ ਤੁਹਾਡਾ ਕੀ ਨਾਮ ਹੈ ਇਹ ਮੇਰਾ ਰਵਿੰਦਰ ਸਿੰਘ ਹੈ ਜ ਕਿੰਨਾ ਕੁ ਲਗਭਗ ਏਰੀਆ ਖੇਤਰ ਹੈ ਜਿਹੜਾ ਕਿਉਂਕਿ ਪਹਿਲਾਂ ਵੀ ਜਦੋਂ ਬਾੜ ਆਈ ਸੀਗੀ ਤਾਂ ਵੀ ਹੰਦਵਾਲ ਪ੍ਰਭਾਵਿਤ ਹੋਇਆ ਸੀ ਹੁਣ ਫਿਰ ਇੱਕ ਵਾਰ ਬਾਰ ਬਾਰੇ ਹਾਲਾਤ ਬਣ ਗਏ ਹਾਂਜੀ ਸਰ ਪਹਿਲਾਂ ਵੀ ਹੁਣ ਤਾਂ 40 45 ਕਿਲੇ ਕਾਫੀ ਪ੍ਰਭਾਵਿਤ ਹੋ ਚੁੱਕੇ ਨੇ ਕਿੜਾ ਤਾਂ ਹੁਣ ਫੇਰ ਇੱਕ ਵਾਰ ਤੋਂ ਫੇਰ ਹੋ ਗਿਆ ਥੇ ਜੀ ਕੀ ਮਹਿਕਮੇ ਨੂੰ ਤੁਸੀਂ ਸੂਚਿਤ ਕੀਤਾ ਪਿੰਡ ਵਾਲੇ ਹਾਂਜੀ ਕੀਤਾ ਹੋਇਆ ਸੀ ਜੀ ਤਾਂ ਤੱਕ ਮਹਿਕਮਾ ਪਹੁੰਚਿਆ ਨਹੀਂ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਜੀ ਬਿਲਕੁਲ ਗਲ ਗਰਨ ਜੋਗ ਹੈ ਕਿ ਵਿਭਾਗ ਅਜੇ ਤੱਕ ਵੀ ਨਹੀਂ ਪਹੁੰਚਿਆ ਨਾਤੇ ਕੋਈ ਨਹਿਰ ਵਿਭਾਗ ਦੇ ਐਸ ਡੀਓ ਜਾਂ ਹੋਰ ਅਧਿਕਾਰੀ ਮੌਕਾ ਦੇਖਣ ਵਾਸਤੇ ਆਏ ਨੇ ਇ ਜਿਹੜਾ ਘਰ ਲਗਾਇਆ ਕੰਮ ਹੈ ਕਿਹਦਾ ਕੰਮ ਚੱਲ ਰਿਹਾ ਜੀ ਕਿ ਸਾਡੇ ਇਹਨਾਂ ਨੇ ਨਵੇਂ ਪਰੋਸੀ ਆਏ ਹੋਏ ਆ ਨਵੇਂ ਘਰ ਤੋਂ ਪਾਰ ਤੋਂ ਆਏ ਹੋਏ ਆ ਤੇ ਇਹਨਾਂ ਨੇ ਕੰਮ ਲਗਾਇਆ ਹੋਇਆ ਸੀਗਾ ਤੇ ਭਾਜੀ ਕਿੰਨਾ ਕੁ ਨੁਕਸਾਨ ਤੁਹਾਡਾ ਜੀ ਤੁਹਾਡਾ ਘਰ ਬਣ ਰਿਹਾ ਕਿੰਨਾ ਨੁਕਸਾਨ ਹੋਇਆ ਚਲੋ 20 ਥੱਲੇ ਸੰਭਲ ਦੇ ਖਾਬ ਹੋ ਜੀ 20 ਥੱਲੇ ਸੰਭਲ ਦੇ ਬਾਕੀ ਨੇ ਸਾਰੇ ਪਾਣੀ ਭਰ ਗਿਆ ਸਾਰੇ ਹੁਣ ਲੱਗਦਾ ਪਾਣੀ ਕੋਈ ਉਤਰਨ ਦੇ ਅਸਰ ਹੈਗੇ ਥੋੜਾ ਦੋ-ਦਨ ਲੱਗੇ ਹੋਣ ਦੋ-ਦਨ ਲੱਗਣਾ ਸਰ ਹਾਂਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇੱਕ ਵਾਰ ਫਿਰ ਹੰਦਵਾਲ ਬਿਲਕੁਲ ਬਾੜ ਵਰਗੀ ਸਥਿਤੀ 'ਚ ਬਣ ਚੁੱਕਿਆ ਕਿ ਰਾਤ ਦਾ ਨਹਿਰ ਦਾ ਵਿੱਚ ਪਾੜ ਪਿਆ ਹੈ ਨਹਿਰ ਟੁੱਟ ਚੁੱਕੀ ਹੈ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਆ ਦੱਸਿਆ ਜਾ ਰਿਹਾ ਕਿ ਉਸੇ ਨਹਿਰ ਦਾ ਜਿਹੜਾ ਪਾਣੀ ਪਿੱਛੇੋਂ ਬੰਦ ਕਰ ਦਿੱਤਾ ਗਿਆ ਪਰ ਜੋ ਪਾਣੀ ਨਹਿਰ ਚ ਆ ਰਿਹਾ ਉਹ ਹੁਣ ਵੀ ਲਗਾਤਾਰ ਇਸੇ ਤਰ੍ਹਾਂ ਹੀ ਵੱਧਦਾ ਹੀ ਜਾ ਰਿਹਾ ਤੇ ਉੱਥੇ ਹੀ ਅੱਜ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਮੌਕੇ ਤੇ ਹਜ ਤੱਕ ਨਹੀਂ ਪਹੁੰਚਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇੱਕ ਵਾਰੀ ਪਹਿਲਾਂ ਇਸ ਇਲਾਕੇ ਨੇ ਬਾੜ ਨੂੰ ਦੀ ਮਾਰ ਚੱਲੀ ਹੈ ਤੇ ਇੱਕ ਵਾਰ ਫਿਰ ਜਿਹੜਾ ਆ ਦੁਬਾਰਾ ਹੰਦਵਾਲ ਦੇ ਵਿੱਚ ਬਾੜ ਵਰਗੀ ਸਥਿਤੀ ਬਣ ਗਈ ਹੈ ਤੇ ਲੋਕਾਂ ਦੀ ਕਮ ਸੇ ਕਮ 50 ਏਕੜ ਤੋਂ ਸ਼ਾਇਦ ਜ਼ਿਆਦਾ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ